ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਅਮਰੀਕਨ ਦੇਸ਼ ਇੰਡੀਆ ਨੂੰ ਵੀਜ਼ਾ ਕਾਫੀ ਔਖਾ ਦਿੰਦੇ ਨੇ ਅਜਿਹੇ ਦਾ ਨਾਰਥ ਅਮਰੀਕਾ ਦੇ ਦੇਸ਼ ਯੂਐਸਏ ਤੇ ਕੈਨੇਡਾ ਤੁਹਾਨੂੰ ਸੌਖਾ ਵੀਜ਼ਾ ਨਹੀਂ ਦਿੰਦੇ ਉਹਨਾਂ ਦੇ ਵੀਜ਼ਾ ਪਾਲਿਸੀਆਂ ਕਾਫੀ ਜ਼ਿਆਦਾ ਔਖੀਆਂ ਨੇ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾਰਥ ਅਮਰੀਕਾ ਤੇ ਸਾਊਥ ਅਮਰੀਕਾ ਦੇ ਅਜਿਹੇ ਦੇਸ਼ਾਂ ਦੇ ਬਾਰੇ ਦੱਸੂਗਾ ਜਿੱਥੇ ਤੁਸੀਂ ਬਿਨਾਂ ਵੀਜ਼ਾ ਤੋਂ ਵੀ ਜਾ ਸਕਦੇ ਹੋ ਜਾਂ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਜਾਣ ਦੇ ਲਈ ਵੀਜ਼ਾ ਦੀ ਜ਼ਰੂਰਤ ਹੀ ਨਹੀਂ ਪੈਂਦੀ ਨਹੀਂ ਫਿਰ ਇਹਨਾਂ ਦੇਸ਼ਾਂ ਦੇ ਏਅਰਪੋਰਟ ਤੇ ਤੁਸੀਂ ਉਤਰ ਕੇ ਉੱਥੋਂ ਵੀਜ਼ਾ ਔਨ ਅਰਾਈਵਲ ਲੈ ਸਕਦੇ ਹੋ ਨਾਰਥ ਅਮਰੀਕਾ ਦੇ ਇਹਨਾਂ ਦੇਸ਼ਾਂ ਦੇ ਵਿੱਚ ਜਾਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਪੇਪਰ ਵਰਕ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣਾ ਬੈਗ ਚੱਕੋ ਜਹਾਜ਼ ਦੀ ਟਿਕਟ ਲਓ ਤੇ ਇਹਨਾਂ ਦੇਸ਼ਾਂ ਦੇ ਵਿੱਚ ਚਲੇ ਜਾਓ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾਰਥ ਅਮਰੀਕਾ ਦੇ ਅਜਿਹੇ 10 ਦੇਸ਼ਾਂ ਦੇ ਬਾਰੇ ਦੱਸੂਗਾ ਜਿੱਥੇ ਤੁਸੀਂ ਬਿਨਾਂ ਵੀਜ਼ਾ ਤੋਂ ਜਾ ਸਕਦੇ ਹੋ ਸੋ ਜੁੜੇ ਰਹੋ ਮੇਰੇ ਨਾਲ ਮੈਂ ਤੁਹਾਡਾ ਹੋ ਜਸਪੀ ਸਿੰਘ ਤੁਸੀਂ ਦੇਖ ਰਹੇ ਹੋ ਜੋ ਟੀਵੀ ਇਸ ਲਿਸਟ ਦੇ ਵਿੱਚ ਨੰਬਰ 10 ਤੇ ਨਾਮ ਆਉਂਦਾ ਹੈ ਚਰਨੈਡੀ ਐਂਡ ਟਵਾਗੋ ਦਾ ਇਹ ਇੱਕ ਬਹੁਤ ਸੋਹਣਾ ਕੈਰੀਬੀਅਨ ਦੇਸ਼ ਹੈ ਤੇ ਸਾਊਥ ਅਮਰੀਕਾ ਦੇ ਵਿੱਚ ਪੈਂਦਾ ਹੈ ਸਾਊਥ ਅਮਰੀਕਾ ਦਾ ਇਹ ਦੇਸ਼ ਪੂਰੀ ਦੁਨੀਆ ਦੇ ਟੂਰਿਸਟਾਂ ਦੀ ਅੱਜ ਦੇ ਦਿਨ ਪਹਿਲੀ ਪਸੰਦ ਬਣ ਰਿਹਾ ਹੈ ਸਭ ਤੋਂ ਖਾਸ ਗੱਲ ਇਹ ਦੇਸ਼ ਦੀ ਇਹ ਹੈ ਕਿ ਇਹ ਇੰਡੀਅਨ ਨੂੰ ਅੱਜ ਦੇ ਦਿਨ ਬਿਨਾਂ ਵੀਜ਼ਾ ਤੋਂ ਆਪਣੇ ਦੇਸ਼ ਦੇ ਵਿੱਚ ਆਉਣ ਦੀ ਸਹੂਲਤ ਦਿੰਦਾ ਹੈ ਇੱਥੇ ਜਾਣ ਦੇ ਲਈ ਤੁਹਾਨੂੰ ਨਾ ਤਾਂ ਵੀਜ਼ਾ ਦੀ ਜ਼ਰੂਰਤ ਪੈਂਦੀ ਹੈ ਨਾ ਹੀ ਈ ਵੀਜ਼ਾ ਦੀ ਤੇ ਨਾ ਹੀ ਕਿਸੇ ਪੇਪਰ ਵਰਕ ਦੀ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਚਾਹੀਦਾ ਹੈ ਤੁਸੀਂ ਜਹਾਜ਼ ਦੀ ਟਿਕਟ ਲੈ ਕੇ ਸਿੱਧਾ ਤੁਸੀਂ ਟਰਨੀਡੋ ਐਂਡ ਟਬਾਗੋ ਦੇ ਏਅਰਪੋਰਟ ਦੇ ਉੱਪਰ ਲੈਂਡ ਕਰ ਸਕਦੇ ਹੋ ਇਸ ਲਿਸਟ ਦੇ ਵਿੱਚ ਨੰਬਰ 9 ਤੇ ਦੇਸ਼ ਆਉਂਦਾ ਹੈ ਜੀ ਸੈਂਟ ਲੂਸੀਆ ਇਹ ਵੀ ਨਾਰਥ ਅਮਰੀਕਾ ਦਾ ਦੇਸ਼ ਹੈ ਤੇ ਪੂਰੀ ਦੁਨੀਆ ਈਵਨ ਕਿ ਇੰਡੀਆ ਤੋਂ ਵੀ ਇੱਥੇ ਲੋਕ ਹਰ ਸਾਲ ਘੁੰਮਣ ਦੇ ਲਈ ਜਾਂਦੇ ਨੇ ਇਹ ਦੇਸ਼ ਜਿੰਨਾ ਦੇਖਣ ਦੇ ਵਿੱਚ ਸਾਫ਼ ਸੁਥਰਾ ਹੈ ਉਨਾ ਹੀ ਜ਼ਿਆਦਾ ਇਹ ਸੇਫ ਵੀ ਹੈ ਇੰਡੀਅਨ ਦੇ ਲਈ ਖਾਸ ਗੱਲ ਇਹ ਹੈ ਕਿ ਇਹ ਦੇਸ਼ ਦਾ ਵੀਜ਼ਾ ਲੈਣਾ ਇੱਕ ਸਮੇਂ ਤੇ ਇੰਡੀਅਨ ਦੇ ਲਈ ਕਾਫੀ ਜ਼ਿਆਦਾ ਔਖਾ ਸੀ ਪਰ ਅੱਜ ਦੇ ਸਮੇਂ ਤੁਸੀਂ ਵੀਜ਼ਾ ਔਨ ਅਰਾਈਵਲ ਇਸ ਦੇਸ਼ ਦੇ ਵਿੱਚੋਂ ਜਾ ਕੇ ਲੈ ਸਕਦੇ ਹੋ ਯਾਨੀ ਕਿ ਇਸ ਦੇਸ਼ ਦੇ ਵਿੱਚ ਜਾਣ ਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਦੀ ਜ਼ਰੂਰਤ ਨਹੀਂ ਹੈ ਤੁਸੀਂ ਇੱਥੋਂ ਦੀ ਫਲਾਈਟ ਲਓ ਤੇ ਇੱਥੋਂ ਦੇ ਕਿਸੇ ਵੀ ਏਅਰਪੋਰਟ ਦੇ ਉੱਪਰ ਜਾ ਕੇ ਲੈਂਡ ਕਰ ਜਾਓ ਉੱਥੇ ਉਤਰਦੇ ਹੀ ਤੁਹਾਨੂੰ ਵੀਜ਼ਾ ਔਨ ਅਰਾਈਵਲ ਦੇ ਦਿੱਤਾ ਜਾਵੇਗਾ ਇਸ ਲਿਸਟ ਦੇ ਵਿੱਚ ਨੰਬਰ 8 ਤੇ ਨਾਮ ਆਉਂਦਾ ਹੈ ਸੈਂਟ ਕੈਟਸ ਐਂਡ ਡੇਵਿਸ ਦਾ ਪਿਛਲੇ ਕਈ ਸਾਲਾਂ ਤੋਂ ਇਸ ਦੇਸ਼ ਦੀ ਇੰਡੀਅਨ ਲੁੱਕ ਕਾਫੀ ਜ਼ਿਆਦਾ ਸਿਟੀਜ਼ਨਸ਼ਿਪ ਲੈ ਰਹੇ ਨੇ ਕਿਉਂਕਿ ਜੇਕਰ ਤੁਸੀਂ ਇਸ ਦੇਸ਼ ਦੇ ਵਿੱਚ ਆਪਣਾ ਪੈਸਾ ਇਨਵੈਸਟ ਕਰਦੇ ਹੋ ਤਾਂ ਇਹ ਤੁਹਾਨੂੰ ਆਪਣੀ ਸਿਟੀਜ਼ਨਸ਼ਿਪ ਦੇ ਦਿੰਦਾ ਹੈ ਇਹ ਦੇਸ਼ ਕਾਫੀ ਜ਼ਿਆਦਾ ਸੋਹਣਾ ਹੈ ਤੇ ਨਾਰਥ ਅਮਰੀਕਾ ਕੰਟੀਨੈਂਟ ਦੇ ਉੱਪਰ ਵਸਿਆ ਹੋਇਆ ਹੈ ਇੱਥੋਂ ਦੇ ਲੋਕਾਂ ਦਾ ਸੁਭਾਅ ਕਾਫੀ ਮਿਲਣਸਾਰ ਹੈ ਤੇ ਇੱਥੋਂ ਦੇ ਬੀਚ ਅਤੇ ਬੀਚ ਪਾਰਟੀਆਂ ਪੂਰੀ ਦੁਨੀਆ 'ਚ ਮਸ਼ਹੂਰ ਨੇ ਇੱਥੋਂ ਦੇ ਲੋਕ ਵੀ ਕਾਫੀ ਮਾਡਰਨ ਖਿਆਲਾਂ ਦੇ ਨੇ ਇਸ ਦੇਸ਼ ਦੇ ਵਿੱਚ ਜਾਣ ਦੇ ਲਈ ਤੁਹਾਨੂੰ ਨਾ ਤਾਂ ਵੀਜ਼ਾ ਦੀ ਲੋੜ ਹੈ ਨਾ ਹੀ ਈ ਵੀਜ਼ਾ ਦੀ ਲੋੜ ਹੈ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਪੇਪਰ ਵਰਕ ਦੀ ਇਹ ਦੇਸ਼ ਇੰਡੀਅਨ ਪਾਸਪੋਰਟ ਵਾਲਿਆਂ ਨੂੰ ਵੀਜ਼ਾ ਫ੍ਰੀ ਐਂਟਰੀ ਦਿੰਦਾ ਹੈ ਨੰਬਰ 7 ਦੇ ਉੱਪਰ ਨਾਮ ਆਉਂਦਾ ਹੈ ਹਾਟੀ ਦਾ ਇਹ ਇੱਕ ਕੈਰੇਬੀਅਨ ਦੇਸ਼ ਹੈ ਤੇ ਇਹ ਕਾਫੀ ਜ਼ਿਆਦਾ ਗਰੀਬ ਵੀ ਹੈ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਪੂਰੀ ਦੁਨੀਆ ਤੋਂ ਇੱਥੇ ਘੁੰਮਣ ਦੇ ਲਈ ਆਉਂਦੇ ਨੇ 2010 ਦੇ ਵਿੱਚ ਇਹ ਦੇਸ਼ ਦੇ ਵਿੱਚ ਇੱਕ ਕਾਫੀ ਜ਼ਿਆਦਾ ਭਿਆਨਕ ਭੁਚਾਲ ਆਇਆ ਸੀ ਜਿਸ ਤੋਂ ਬਾਅਦ ਇਹ ਦੇਸ਼ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਗਿਆ ਪਰ ਜੇਕਰ ਖੂਬਸੂਰਤੀ ਦੀ ਗੱਲ ਕਰੀਏ ਤਾਂ ਅੱਜ ਵੀ ਇਸ ਦੇਸ਼ ਦੇ ਵਿੱਚ ਉਸ ਦੀ ਕੋਈ ਕਮੀ ਨਹੀਂ ਹੈ ਤੁਸੀਂ ਬਿਨਾਂ ਵੀਜ਼ਾ ਇਸ ਦੇਸ਼ ਦੇ ਵਿੱਚ ਵੀ ਜਾ ਸਕਦੇ ਹੋ ਨਾਰਥ ਅਮਰੀਕਾ ਦਾ ਇਹ ਦੇਸ਼ ਇੰਡੀਅਨ ਪਾਸਪੋਰਟ ਹੋਲਡਰਾਂ ਨੂੰ ਵੀਜ਼ਾ ਫ੍ਰੀ ਐਂਟਰੀ ਦਿੰਦਾ ਹੈ ਲਿਸਟ ਦੇ ਵਿੱਚ ਨੰਬਰ 6 ਤੇ ਨਾਮ ਆਉਂਦਾ ਹੈ ਜੀ ਜਨਮਾਇਕਾ ਦਾ ਅਕਸਰ ਹੀ ਇੰਡੀਅਨ ਕ੍ਰਿਕਟ ਟੀਮ ਦੇ ਜਨਮਾਇਕਾ ਦੇ ਵਿੱਚ ਕ੍ਰਿਕਟ ਮੈਚ ਹੁੰਦੇ ਰਹਿੰਦੇ ਨੇ ਨਾਰਥ ਅਮਰੀਕਾ ਦਾ ਇਹ ਦੇਸ਼ ਦਿਨ-ਪੋ-ਦਿਨ ਤਰੱਕੀ ਦੇ ਮਾਮਲੇ ਦੇ ਵਿੱਚ ਦੂਜੇ ਦੇਸ਼ਾਂ ਨੂੰ ਪਿੱਛੇ ਛੱਡ ਰਿਹਾ ਹੈ ਜਨਮਾਇਕਾ ਦੇ ਬੀਚ ਵੀ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਸੋਹਣੇ ਅਤੇ ਸਾਫ਼ ਮੰਨੇ ਜਾਂਦੇ ਨੇ ਇਹ ਦੇਸ਼ ਵੀ ਅੱਜ ਦੇ ਦਿਨ ਇੰਡੀਅਨ ਪਾਸਪੋਰਟ ਹੋਲਡਰ ਨੂੰ ਵੀਜ਼ਾ ਫ੍ਰੀ ਐਂਟਰੀ ਦਿੰਦਾ ਹੈ ਨੰਬਰ 5 ਤੇ ਨਾਮ ਆਉਂਦਾ ਹੈ ਜੀ ਗ੍ਰੀਨਾਡਾ ਦਾ ਇਹ ਇੱਕ ਅੰਡਰਰੇਟਡ ਬਹੁਤ ਹੀ ਜ਼ਿਆਦਾ ਸੋਹਣਾ ਦੇਸ਼ ਹੈ ਤੁਸੀਂ ਇਸ ਦੇਸ਼ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ ਉੱਥੋਂ ਵੀ ਤੁਹਾਨੂੰ ਸਮੁੰਦਰ ਦਾ ਨਜ਼ਾਰਾ ਦੇਖਣ ਨੂੰ ਮਿਲ ਜਾਵੇਗਾ ਇਹ ਕੈਰੇਬੀਅਨ ਦੇਸ਼ ਆਪਣੇ ਸੋਹਣੇ ਮੌਸਮ ਅਤੇ ਆਪਣੇ ਮਿਲਣਸਾਰ ਲੋਕਾਂ ਦੇ ਲਈ ਮਸ਼ਹੂਰ ਹੈ ਤੇ ਗ੍ਰੀਨਾਡਾ ਜਾਣ ਦੇ ਲਈ ਇੰਡੀਅਨ ਨੂੰ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਦੀ ਜ਼ਰੂਰਤ ਨਹੀਂ ਪੈਂਦੀ ਨੰਬਰ 4 ਦੇ ਉੱਪਰ ਨਾਮ ਆਉਂਦਾ ਹੈ ਜੀ ਸੈਲਵਾਡੋਰ ਦਾ ਨਾਰਥ ਅਮਰੀਕਾ ਦੀ ਇਹ ਕੰਟਰੀ ਅੱਜ ਦੇ ਦਿਨ ਨਾਰਥ ਅਮਰੀਕਾ ਦੀ ਦੂਜੀਆਂ ਕੰਟਰੀਆਂ ਦੇ ਨਾਲੋਂ ਕਾਫੀ ਜ਼ਿਆਦਾ ਤਰੱਕੀ ਕਰ ਰਹੀ ਹੈ ਇੱਥੋਂ ਦੇ ਸ਼ਹਿਰ ਕਾਫੀ ਜ਼ਿਆਦਾ ਸਾਫ਼ ਸੁਥਰੇ ਅਤੇ ਡਿਵੈਲਪ ਨੇ ਤੇ ਤੁਸੀਂ ਬਜਟ ਦੇ ਵਿੱਚ ਰਹਿ ਕੇ ਵੀ ਇਹ ਦੇਸ਼ ਦੇ ਵਿੱਚ ਟ੍ਰੈਵਲ ਕਰ ਸਕਦੇ ਹੋ ਕਿਉਂਕਿ ਇਸ ਦੇਸ਼ ਦੇ ਵਿੱਚ ਜ਼ਿਆਦਾਤਰ ਚੀਜ਼ਾਂ ਦੇ ਰੇਟ ਇੰਡੀਆ ਜਿੰਨੇ ਹੀ ਹਨ ਇਸ ਲਿਸਟ ਦੇ ਵਿੱਚ ਨੰਬਰ 3 ਤੇ ਨਾਮ ਆਉਂਦਾ ਹੈ ਜੀ ਡੋਮਿਨਿਕਾ ਦਾ ਡੋਮਿਨਿਕਾ ਇੱਕ ਬਹੁਤ ਸੋਹਣਾ ਦੇਸ਼ ਹੈ ਤੇ ਇੱਥੇ ਹਾਲੀਵੁੱਡ ਤੇ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਹਰ ਸਾਲ ਹੁੰਦੀ ਰਹਿੰਦੀ ਹੈ ਇੱਥੋਂ ਦੇ ਸਮੁੰਦਰਾਂ ਦਾ ਪਾਣੀ ਸ਼ਾਹ ਨੀਲਾ ਹੈ ਖੂਬਸੂਰਤੀ ਸਾਫ਼ ਸਫਾਈ ਅਤੇ HDI ਦੇ ਸਕੋਰ ਦੇ ਵਿੱਚ ਡੋਮਿਨਿਕਾ ਪਹਿਲੇ ਨੰਬਰਾਂ ਤੇ ਆਉਂਦਾ ਹੈ ਤੇ ਇੰਡੀਅਨ ਦੇ ਲਈ ਇਹ ਦੇਸ਼ ਕਾਫੀ ਜ਼ਿਆਦਾ ਸੇਫ ਵੀ ਹੈ ਤੇ ਇੰਡੀਅਨ ਦੇ ਲਈ ਇਹ ਦੇਸ਼ ਵੀਜ਼ਾ ਫ੍ਰੀ ਐਂਟਰੀ ਦਿੰਦਾ ਹੈ ਇਸ ਲਿਸਟ ਦੇ ਵਿੱਚ ਨੰਬਰ 2 ਤੇ ਨਾਮ ਆਉਂਦਾ ਹੈ ਜੀ ਬੋਲੇਵੀਆ ਦਾ ਬੋਲੇਵੀਆ ਦੇਸ਼ ਆਪਣੇ ਨਮਕ ਜਾਂ ਕਿ ਲੂਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਇੱਥੋਂ ਦੇ ਲੋਕਾਂ ਦੀ ਸੋਚ ਕਾਫੀ ਜ਼ਿਆਦਾ ਮਾਡਰਨ ਹੈ ਤੇ ਇਹ ਵੀ ਇੱਕ ਸਾਊਥ ਅਮਰੀਕਨ ਕੰਟਰੀ ਹੈ ਇਹ ਦੇਸ਼ ਵੀ ਇੰਡੀਆ ਨੂੰ ਬਿਨਾਂ ਕਿਸੇ ਪੇਪਰ ਵਰਕ ਤੇ ਬਿਨਾਂ ਵੀਜ਼ਾ ਤੇ ਏਅਰਪੋਰਟ ਤੇ ਸਿੱਧਾ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਦਿੰਦਾ ਹੈ ਯਾਨੀ ਕਿ ਤੁਸੀਂ ਇਸ ਦੇਸ਼ ਦੇ ਏਅਰਪੋਰਟ ਤੇ ਉੱਪਰ ਲੈਂਡ ਕਰੋ ਤੇ ਉੱਥੇ ਤੁਹਾਨੂੰ ਇਸ ਦੇਸ਼ ਦਾ ਵੀਜ਼ਾ ਮਿਲ ਜਾਵੇਗਾ ਇਸ ਲਿਸਟ ਦੇ ਵਿੱਚ ਨੰਬਰ